ਇਸ ਤੇ ਆਏ ਨਵੇਂ ਵਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਉਮੀਦ ਕਰਦੇ ਸਾਰੇ ਜਣੇ ਵਧੀਆ ਹੋਵੋਗੇ ਤੇ ਵਧੀਆ ਚਾਹੀਦਾ ਅੱਜ ਆਪਾਂ ਵਲੌਗ ਸਿੱਧਾ ਗੈਰਜ ਦੀ ਸਟਾਰਟ ਕਰਿਆ ਮੋਟਰਸਾਈਕਲ ਆਪਾਂ ਲੈ ਆਂਦਾ ਗੈਰਜ 'ਚ ਕਿਉਂਕਿ ਅੱਜ ਆਪਾਂ ਆਊਟ ਲਾਈਟ ਲਾਉਣੀ ਹੈਗੀ ਆਹ ਪੱਤੀ 'ਤੇ ਪਤਲੀ 'ਤੇ ਜਿਹੜੀ ਆਊਟ ਲਾਈਟ ਵਾਲੀ ਮੋਟੀ ਪੱਤੀ ਆ ਉਹ 'ਤੇ ਨਿਸ਼ਾਨ ਸਾਹਿਬ ਖੜ ਜੂ ਉਹ 'ਤੇ ਆਹ ਪਤਲੀਆਂ ਪੱਤੀਆਂ 'ਤੇ ਖੜਨਾ ਨਹੀਂ ਹੈਗਾ ਕਿਉਂਕਿ ਇੰਨੀ ਮਜ਼ਬੂਤੀ ਨਹੀਂ ਬਣਨੀ ਉਹ ਪਤਲੀ ਖਾਸੀ ਮੋਟੀ ਪੱਤੀ ਖਾਸੀ ਮੋਟੀ ਆਪਾਂ ਉਹ 'ਤੇ ਪੈਪ ਵੈਲਡ ਕਰਵਾਵਾਂਗੇ ਅਤੇ ਆਹ ਪੱਤੀ 'ਤੇ ਆਊਟ ਲਾਈਟ ਲਾ ਦਾਂਗੇ ਉਰਲੀ ਸਾਈਡ ਅਤੇ ਲੱਗਦੇ ਆਪਾਂ ਕੰਮ ਸਟਾਰਟ ਕਰਨ ਅਤੇ ਚਲੋ ਫਿਰ ਬਣੇ ਰਹੋ ਵੀਡੀਓ 'ਤੇ ਚੈਨਲ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਚਲੋ ਫਿਰ ਮਿਲਦੇ ਤੁਹਾਨੂੰ ਅੱਗੇ ਹੁਣ ਪੱਤੀ ਮਾੜੀ ਜਿਹੀ ਵਿੰਡ ਪਾ ਲਈਏ ਆਪਾਂ ਪੱਤੀ 'ਚ ਕਿਉਂਕਿ ਵਿੰਡ ਘੱਟ ਆਏ ਚਾਵਣ ਵਾਲੀ 'ਚ ਤਾਂ ਪੂਰਾ ਵਿੰਡ ਹੈਗਾ ਵਾਂਗ 'ਤੇ ਬੰਨ ਲਈਏ ਹੁਣ ਵਿੰਡ ਪਾਉਣ ਲੱਗਦੇ ਹਾਂ 'ਚ ਹੋਰ ਅਤੇ ਫਿਰ ਲਾਉਣੇ ਇਹਨੂੰ ਕੱਸਦਿਆਂ ਵਿੱਚ ਅਤੇ ਆਊਟਲੈਟ ਕੱਸਦੇ ਤਕਰੀਬਨ ਜਿਹੜਾ ਮੇਨ ਕੰਮ ਸੀ ਆਪਣਾ ਉਹ ਹੋ ਗਿਆ ਇੱਧਰਲੀ ਪੱਤੀ ਵੀ ਓਕੇ ਹੋ ਗਈ ਆਪਣੀ ਹੁਣ ਇੱਧਰਲੀ ਵੀ ਹੋ ਗਈ ਦੋਨੇ ਪਾਸੇ ਪੱਤੀਆਂ ਲੱਗ ਗਈਆਂ ਇੱਧਰਲੀ 'ਤੇ ਜਾਣੀ ਆਪਾਂ ਨਿਸ਼ਾਨ ਸਾਹਿਬ ਵਾਲਾ ਪੈਪ ਵੈਲਡ ਕਰਵਾਵਾਂਗੇ ਇੱਧਰਲੀ 'ਤੇ ਆਊਟਲੈਟ ਆ ਜੂਗਾ ਆਪਣੀ ਆਊਟਲੈਟ ਥੱਲੇ ਲੰਕ ਰਹੀ ਆ ਉਹ ਆਪਾਂ ਫਿੱਟ ਕਰ ਦਾਂਗੇ ਇਹਦੇ 'ਤੇ ਜਾਣੀ ਆਹ ਪੱਤੀ ਤਾਂ ਆਪਣੇ ਕੰਮ ਆਈ ਹੈਗੀ ਜਿਹੜੀ ਆਹ ਗਲੀ ਸੀਗੀ ਇਹ ਛੋਟੀ ਸੀਗੀ ਅਤੇ ਫਿਰ ਆਹ ਪੱਤੀ ਆਪਾਂ ਕਹਾਰਨ ਤੋਂ ਲਾਹੀ ਇਹਦੀ ਵੀ ਜਾਣੀ ਉਹ ਚੀਜ਼ ਗਲੀ ਸੀ ਜਿਹੜੀ ਛੋਟੀ ਸੀ ਪਰ ਆਪਾਂ ਇਹਨੂੰ ਬਣਾ ਲਿਆ ਫਰੇਮ ਪੂਰੀ ਪ੍ਰੋਪਰ ਇਹਦੇ ਵਿੱਚ ਗਲੀਆਂ ਕੱਢ ਕੇ ਉਹਦੇ ਪਤਲੀ ਪੱਤੀ ਸੀਗੀ ਇਹ ਤਾਂ ਨਿਕਲ ਸਕਣੀ ਜਿਹੜੀ ਆਹ ਮੋਟੀ ਪੱਤੀ ਸੀ 'ਚ ਆਪਾਂ ਇੱਥੇ ਨਹੀਂ ਸੀ ਕੱਢ ਸਕਦੇ ਸਿੱਧਾ ਖਰਾਦੀਏ ਕੋਲ ਜਾਣੀ ਬਿਨਿਸ਼ ਉੱਥੋਂ ਕੱਢ ਕੇ ਆਉਣੀ ਸੀ ਇਹ ਅਤੇ ਇਹਦਾ ਆਪਾਂ ਜਗਾੜ ਲਾਤਾ ਸੀ ਇਹ ਤਾਂ ਬਣ ਗਈ ਸੀਗੀ ਚਲੋ ਅਤੇ ਹੁਣ ਆਪਾਂ ਕਰਨ ਲੱਗਦੇ ਹਾਂ ਇਹਦੀ ਫਿਟਿੰਗ ਕੱਸ ਦਈਏ ਆ ਨਟ ਪ੍ਰੋਪਰ ਅਤੇ ਫਿਰ ਆਪਾਂ ਇਹਦੇ 'ਤੇ ਬਣਵਾ ਕੇ ਪੈਪ ਲਵਾਉਂਦੇ ਆਪਾਂ ਬਾਈ ਤੋਂ ਜਿਹਦੇ ਕੋਲ ਨਿਸ਼ਾਨ ਸਾਹਿਬ ਲਵਾਉਣਾ ਗਾ ਚਲੋ ਕੱਸ ਦਈਏ ਹੁਣ ਨਟ ਪ੍ਰੋਪਰ ਫਿਰ ਦਿਖਾਉਣੇ ਹੁਣ ਇਹ ਕਹਿੰਦੇ ਮੇਰੇ ਵੀਰੋ ਜਿਹੜੇ ਬਾਈ ਨੇ ਆਪਣਾ ਜਾਣਾ ਉਹਦੇ ਕੋਲ ਆਏ ਉੱਧਰ ਚੱਲ ਰਿਹਾ ਹੋਲਾ ਮਹੱਲਾ ਹੋਲਾ ਮਹੱਲਾ ਚੱਲ ਰਿਹਾ ਉੱਧਰ ਰੰਗ ਵਾਲੇ ਆ ਗਏ ਗੈਰ 'ਚ ਜਾ ਕੇ ਕਹਿੰਦੇ ਮੇਰੇ ਵੀਰੋ ਇੱਥੋਂ ਕੰਮ ਕਰਾਉਣਾ ਆਪਾਂ ਮੋਟਰ ਆਹ ਮੁੰਡੇ ਨੇ ਜਾਣਾ ਆਪਣੇ ਨਾਲ ਕਹਿੰਦੇ ਕੱਲ੍ਹ ਨੂੰ ਆਨੰਦਪੁਰ ਸਾਹਿਬ ਨੂੰ ਚਾਲੇ ਪਾਉਣੇ ਨੇ ਸੰਗਤਾਂ ਨੇ ਮੋਟਰਸਾਈਕਲਾਂ ਦੀ ਮਕੈਨਿਕਲੀ ਕੰਮ ਦਿਖਾਉਣ ਲੱਗਿਆ ਕਿਉਂਕਿ ਫਿਰ ਰਸਤੇ 'ਚ ਦਿੱਕਤ ਆਉਣ ਨੂੰ ਪਹਿਲਾਂ ਆਪਾਂ ਸੈੱਟ ਕਰਵਾ ਕੇ ਤੁਰੀ ਆਪਾਂ ਨੂੰ ਵੀ ਜਾਣੀ ਚਕੰਨੇ ਰਹਿਣਾ ਜ਼ਰੂਰੀ ਹੁੰਦਾ ਕੰਮ ਕਰਵਾ ਲਈਏ ਅਤੇ ਫਿਰ ਦਿਖਾਉਣੇ ਆਪਾਂ ਜੋ ਵੀ ਨੁਕਸ ਨਿਕਲਦਾ ਬਾਈ ਸੈੱਟ ਕਰੂਗਾ ਅਤੇ ਫਿਰ ਦਿਖਾਵਾਂਗੇ ਸਾਨੂੰ ਕੀ ਨੁਕਸ ਨਿਕਲਦਾ ਮੈਂ ਧਵਾਉਣ ਵਾਲੀ ਬਾਈ ਕਹਿੰਦਾ ਚੈਨ ਚੂਨ ਸੈੱਟ ਲੋਡ ਕਰਨ ਤੋਂ ਪਹਿਲਾਂ ਮੈਂ ਧਵਾ ਲਓ ਕਿਉਂਕਿ ਅੰਦਰ ਗਲੀ ਸਲੀ 'ਚ ਵਾਲਾ ਖੜਾ ਸੀ ਉਹ ਦੇਖੋ ਚੈਨ ਕਵਰ ਕੁਵਰ ਵੀ ਲਾਏ ਹੋਏ ਨੇ ਹੁਣ ਆਪਾਂ ਇਹਦਾ ਚੈਨ ਧਵਾਉਣ ਆ ਗਏ ਉਹ ਆਪਣਾ ਉੱਥੇ ਖੜਾ ਉਹ ਚੈੱਕ ਕਰਦਾ ਬਾਈ ਵੀ ਕੀ ਮਾਹੌਲ ਆ ਜੇ ਉਹ ਵੀ ਧਵਾਉਣਾ ਪਿਆ ਫਿਰ ਉਹ ਵੀ ਧਵਾ ਲਾਂਗੇ ਅਤੇ ਆਹ ਤਾਂ ਧੋਤੇ ਆਪਾਂ ਚੈਨ ਕਵਰ ਜੇ ਤਾਂ ਇਹਨਾਂ ਦੇ ਤਾਂ ਦੇਖੋ ਕਿੰਨੇ ਸੋਹਣੇ ਨਿਕਲੇ ਹੁਣ ਧੋ ਕੇ ਮੂੰਹ ਦੇਖ ਲੈ ਚਾਹੇ ਹੁਣ ਤਾਂ ਇਹਦੇ ਵਿੱਚ ਆਹ ਦੇਖੋ ਕਿੰਨੇ ਸੋਹਣੇ ਨਿਕਲੇ ਇਹ ਕਾਲੇ ਕਾਲੇ ਕਰੇ ਬਾਈ ਇਹ ਬਾਈ ਹੁਣ ਲੱਗਿਆ ਸਰਫ ਮਾਰਨ ਉਹ ਤਾਂ ਦਿੱਤਾ ਤੇਰਾ ਇਹ ਆਪਣੇ ਵਾਲੇ ਦਾ ਹਜੇ ਉੱਧਰ ਚੱਲ ਰਿਹਾ ਪੈਂਡਿੰਗ ਅਤੇ ਮਤਲਬ ਡੀਜ਼ਲ ਮਾਰਤਾ ਕਹਿੰਦੇ ਹੁਣ ਦੇਖਿਓ ਚਮਕ ਮਾਕ ਦੀ ਇਹਦੀ ਦੇਖੋ ਚੈਨ 'ਤੇ ਸਪੈਸ਼ਲ ਮਰਵਾ ਰਿਹਾ ਕਹਿ ਕੇ ਅਤੇ ਘੁਮਾ ਕੇ ਚੈਨ ਦਾ ਕੰਮ ਸ਼ੁਰੂ ਹੋ ਗਿਆ ਆਪਣੇ ਮੋਟਰ ਮਿਸਤਰੀ ਨੇ ਤੇਲ ਕੱਢਤਾ ਤੇਲ ਬਦ ਲਿਆ ਜਾਊ ਫਿਲਟਰ ਕੱਢਤਾ ਚੈਨ ਖੋਲ੍ਹੀ ਬੈਠਿਆ ਹੁਣ ਚੈਨ ਵੀ ਬਦਲ ਲਿਆ ਆਪਣੇ ਵਾਲੇ ਦਾ ਹਜੇ ਕੰਮ ਸ਼ੁਰੂ ਨਹੀਂ ਕਰਿਆ ਚੈਨ ਸੈੱਟ ਪਾਉਣ ਲੱਗ ਗਏ ਹੁਣ ਇਹਦਾ ਚੈਨ ਸੈੱਟ ਖਰਾਬ ਸੀ ਖੋਲ੍ਹੀ ਮਗਰ ਹੀ ਖੋਲ੍ਹਣ ਲੱਗ ਗਿਆ ਚੈਨ ਲਾ ਕੇ ਰੱਖ ਕਵਰ ਵੀ ਖੋਲ੍ਹਤਾ ਇਹ ਨਹੀਂ ਵਾਲਾ ਲਿਬੜਿਆ ਪਿਆ ਸੀਗਾ ਉਹ ਵੀ ਦੰਦੇ ਕਹੇ ਜੇ ਪੈਣੇ ਜੀ ਸਾਰੇ ਇੱਕ ਦੰਦਾ ਪਹਿਲਾਂ ਤਾਂ ਇੱਕ ਦੰਦਾ ਵੱਡਾ ਸੀ ਇੱਕ ਛੋਟਾ ਸੀ ਹੁਣ ਦੋ ਛੋਟੇ ਨੇ ਤੇ ਇੱਕ ਵੱਡਾ ਤੇ ਮਿਸਤਰੀ ਦੁਖੀ ਹੋਇਆ ਬੈਠਾ ਆਪਣੀਆਂ ਲਾਈਟਾਂ ਤੋਂ ਕਹਿੰਦਾ ਮੈਂ ਲਾਈਟਾਂ ਵਾਲੀ ਪੰਗੇ ਵਾਲੇ ਲੈਤੇ ਮੇਰੇ ਅਤੇ ਹਜੇ ਉਹ ਲਾਈਟ ਦਾ ਆਪਣੀ ਵਿਚਾਰ ਹੈ ਕਹਿੰਦੀ ਉਹਦੀ ਵੀ ਟਾਂਕੀ ਟੁੱਟ ਗਈ ਜਿਹੜੀ ਉੱਧਰ ਚੜ੍ਹੀ ਹੋਈ ਆ ਅਤੇ ਆਹ ਵੀ ਬਚ ਗਈਆਂ ਮੈਂ ਕਿਹਾ ਲਾਈਟਾਂ ਬਚਾਈਆਂ ਬਾਈ ਕਹਿੰਦਾ ਬਚਾਈਆਂ ਨੇ ਤਾਂ ਬਚੀਆਂ ਨੇ ਕਹਿੰਦਾ ਊਂ ਨਹੀਂ ਬਚ ਗਈਆਂ ਸੀ ਲਾਈਟਾਂ ਗੱਲ ਵੀ ਸੀ ਜੇ ਆਪਾਂ ਕਿਸੇ ਮਿਸਤਰੀ ਕੋਲ ਵਗ ਜਾਈਏ ਉਹ ਊਈਂ ਆ ਕੈਬਰ ਅੰਦਰ ਚੱਕ ਕੇ ਊਈਂ ਖਿੱਚ ਦਿੰਦਾ ਹੁੰਦਾ ਸੀ ਦੇਖੋ ਕਹੇ ਜੀ ਪੀ ਗਰਾਰੀ ਦੇਖੋ ਕਹਿੰਦੇ ਮੇਰੇ ਵੀਰੇ ਉਹ ਕੱਢ ਲਿਆਂਦੀ ਨਵੀਂ ਗਰਾਰੀ ਕਿੰਨਾ ਫਰਕ ਆ ਗਰਾਰੀ ਤੇ ਆ ਗਰਾਰੀ ਜੀ ਦੇਖੋ ਹੁਣ ਚੱਲਦੀ ਹੈ ਨਜ਼ਾਰੀ ਨਾਲ ਪਤਾ ਚੈਨ ਸੈੱਟ ਨਵਾਂ ਫੁੱਟ ਕੁੱਟੀ ਗਏ ਉਮੀ ਮੇਰੇ ਸਾਹ ਗਰਾਰੀ ਨਵੀਂ ਪੈ ਗਈ ਬੱਚਾ ਨਾ ਸੱਭੇ ਤਾਂ ਪਤਾ ਲੱਗਿਆ ਨਾ ਅੰਦਰ ਦੀ ਸੀਲ ਵੀ ਬਾਦੀ ਕਿਉਂਕਿ ਲੀਕ ਕਰਿਆ ਹੋਇਆ ਸੀ ਟਾਪਾ ਕਸਤਾ ਟਾਇਰ ਲਾਉਣੇ ਇਹਦੇ ਬਾਅਦ ਸਾਰੀ ਚੈਨ ਚੂਨ ਪੈ ਗਈ ਓਕੇ ਆ ਤੇ ਬਾਕੀ ਜ਼ਰੂਰੀ ਚੀਜ਼
हो गया भाई काम मेरा ये ओके हूँ सारा मिस्त्री ने सारा कुछ ओके कर दिया हूँ ओदा देख रहे हैं ओदा रह गया काम एक मोटर वाला आप करता ओके करता यही काम चल रहा हूँ अपने झोटे का एक झोटा तैयार करता एक रह गया ये फिल्टर फुल्टर तो पाते ना कुछ सब बस ये कल और रह गया तेल लीक करता सी ओवर हो जाता सी वह चेक कर दिया हूँ वो सैट करके फिर काम ओके आ फिर कल संगत ने चाले पा देने ने पिंडों अपना एक मोटर वो जा रहा है दूजा आप ले जा रहे हैं अपना ये तो ला गया 950 रुपया वो तो भाजी धक्का वो तो आप 1500 रुपया लग गया तो ये तो लगे अपना 950 रुपया तो जानी मैं बर्थ लगे भी 950 लेता तो है पर सैटिंग पूरी होगी मोटरसाइकिल की पूरा आनंद आ रहा हूँ चला।